ਹੁਣ ਸਿੱਖਾਂ ਨਾਲ ਜੁੜੀ ਇੱਕ ਅਹਿਮ ਖਬਰ ਹੈ। ਸਿੱਖਾਂ ਤੇ ਆਮ ਤੌਰ ਤੇ ਹੀ ਬਣਾਏ ਜਾਂਦੇ ਜੋਕ ਨੂੰ ਲੈ ਕੇ ਜਿਹੜਾ ਮਾਮਲਾ ਹੈ ਉਹ ਸੁਪਰੀਮ ਕੋਰਟ ਦੇ ਵਿੱਚ ਪਹੁੰਚ ਗਿਆ ਹੈ ਤੇ ਸੁਪਰੀਮ ਕੋਰਟ ਨੇ ਇਸ ਨੂੰ ਇੱਕ ਗੰਭੀਰ ਮਸਲਾ ਦੱਸਦਿਆਂ ਇਸ ਤੇ ਜਲਦ ਹੀ ਸੁਣਵਾਈ ਕਰਨ ਦਾ ਜਿਹੜਾ ਉਹ ਗੱਲ ਕਹੀ ਹੈ ਤੇ ਨਾਲ ਹੀ ਉਹਨਾਂ ਨੇ ਸਿੱਖ ਸੰਸਥਾਵਾਂ ਨੂੰ ਵੀ ਮਸਲੇ ਦੇ ਵਿੱਚ ਇਸ ਦੇ ਸੁਝਾਅ ਮੰਗੇ ਨੇ। ਦਰਅਸਲ ਪਟੀਸ਼ਨ ਦੇ ਵਿੱਚ ਸਿੱਖਾਂ ਤੇ ਜਿਹੜੇ ਚੁਟਕਲਿਆਂ ਵਾਲੀ ਸਮੱਗਰੀ ਤੇ ਰੋਕ ਦੀ ਮੰਗ ਕੀਤੀ ਗਈ ਹੈ। ਸਿੱਖਾਂ ਤੇ ਜੋਕਸ ਦਾ ਇਹ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਪਹੁੰਚ ਗਿਆ ਹੈ। ਸਿੱਖਾਂ ਤੇ ਜੋਕਸ ਨੂੰ ਸੁਪਰੀਮ ਕੋਰਟ ਨੇ ਗੰਭੀਰ ਮਸਲਾ ਦੱਸਦਿਆਂ 8 ਹਫ਼ਤਿਆਂ ਬਾਅਦ ਮਾਮਲੇ ਦੀ ਕਿਹਾ ਕਿ ਸੁਣਵਾਈ ਹੁਣ ਹੋਵੇਗੀ। ਪਟੀਸ਼ਨ ਦੇ ਵਿੱਚ ਸਿੱਖਾਂ ਤੇ ਜੋਕਸ ਵਾਲੀ ਸਮੱਗਰੀ ਕੰਟੈਂਟ ਤੇ ਰੋਕ ਲਗਾਉਣ ਦੀ ਮੰਗ ਕੀਤੀ ਗਈ ਹੈ। ਸੁਪਰੀਮ ਕੋਰਟ ਨੇ ਇਸ ਮਾਮਲੇ ਦੇ ਵਿੱਚ ਸਿੱਖ ਸੰਸਥਾਵਾਂ ਤੋਂ ਵੀ ਸੁਝਾਅ ਮੰਗੇ ਨੇ। ਸੁਪਰੀਮ ਕੋਰਟ ਨੇ ਪੁੱਛਿਆ ਕਿ ਲੋਕਾਂ ਨੂੰ ਕਿਵੇਂ ਸੰਵੇਦਨਸ਼ੀਲ ਬਣਾਈਏ। ਸਕੂਲਾਂ ਦੇ ਵਿੱਚ ਸਿੱਖ ਬੱਚਿਆਂ ਦਾ ਮਜ਼ਾਕ ਉਡਾਉਣ ਦੀਆਂ ਘਟਨਾਵਾਂ ਵਧੀਆਂ ਨੇ, ਇਹ ਪਟੀਸ਼ਨਰ ਦੇ ਵੱਲੋਂ ਪਟੀਸ਼ਨ ਦੇ ਵਿੱਚ ਜ਼ਿਕਰ ਕੀਤਾ। ਨਾਲ ਹੀ ਪਟੀਸ਼ਨਰ ਨੇ ਕਿਹਾ ਕਿ ਮਜ਼ਾਕ ਕਾਰਨ ਕਈ ਬੱਚੇ ਸੁਸਾਈਡ ਵੀ ਕਰ ਚੁੱਕੇ ਨੇ। ਇਹ ਸਭ ਜਲਦ ਰੁਕਣਾ ਚਾਹੀਦਾ ਹੈ। ਜੋ ਸਿੱਖਾਂ ਦੇ ਜੋਕਸ ਵਾਲਾ ਕੰਟੈਂਟ ਹੈ, ਇਹ ਸਮੱਗਰੀ ਹੈ, ਉਸ 'ਤੇ ਰੋਕ ਲੱਗਣੀ ਚਾਹੀਦੀ ਹੈ। ਤਾਂ ਸੁਪਰੀਮ ਕੋਰਟ ਨੇ ਕਿਹਾ ਕਿ ਇਹ ਮਸਲਾ ਗੰਭੀਰ ਹੈ ਅਤੇ ਨਾਲ ਹੀ ਉਹਨਾਂ ਨੇ ਸਿੱਖ ਸੰਸਥਾਵਾਂ ਨੂੰ ਪੁੱਛਿਆ ਹੈ ਕਿ ਲੋਕਾਂ ਨੂੰ ਕਿਵੇਂ ਸੰਵੇਦਨਸ਼ੀਲ ਬਣਾਈਏ। ਸਿੱਖ ਸੰਸਥਾਵਾਂ ਤੋਂ ਸੁਪਰੀਮ ਕੋਰਟ ਨੇ ਇਸ ਮਸਲੇ ਦੇ ਵਿੱਚ ਸੁਝਾਅ ਵੀ ਮੰਗੇ ਨੇ। ਇਸ ਖਬਰ 'ਤੇ ਵਧੇਰੇ ਜਾਣਕਾਰੀ ਲਈ ਐਡਵੋਕੇਟ ਹਰਵਿੰਦਰ ਚੌਧਰੀ ਸਾਡੇ ਨਾਲ ਜੁੜ ਚੁੱਕੇ ਨੇ। ਹਰਵਿੰਦਰ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਡੇਲੀ ਪੋਸਟ ਪੰਜਾਬ ਨਵਾਂਚਲ 'ਤੇ। ਸਤਿ ਸ਼੍ਰੀ ਅਕਾਲ ਜੀ। ਹੈਲੋ। ਹਾਂਜੀ ਹਾਂਜੀ, ਕੱਲ ਇਹ ਕੇਸ ਆਇਆ ਸੀ ਜਸਟਿਸ ਗਵਾਈ ਔਰ ਜਸਟਿਸ ਕੇ ਵੀ ਵਿਸ਼ਵਨਾਥਨ ਦੀ ਬੈਂਚ ਦੇ ਸਾਹਮਣੇ। ਹੈਲੋ ਜੀ ਜੀ, ਮੈਂ ਜੀ ਹੁਣ ਜੀ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਹਾਂ ਕਿ ਇਹ ਜਿਹੜਾ ਕੇਸ ਹੈ ਜਿਹਦੇ ਵਿੱਚ ਹੁਣ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਹੁਣ ਇਹਦੇ ਵਿੱਚ 8 ਹਫ਼ਤਿਆਂ ਬਾਅਦ ਸੁਣਵਾਈ ਹੁਣ ਸ਼ੁਰੂ ਕਰਨ ਦੇ ਲਈ ਕਿਹਾ ਹੈ, ਤਾਂ ਸਿੱਖ ਸੰਸਥਾਵਾਂ ਤੋਂ ਵੀ ਸੁਝਾਅ ਮੰਗੇ ਗਏ ਨੇ, ਤਾਂ ਉਹ ਕਿਹੜੇ ਸੁਝਾਅ ਨੇ ਜਿਹੜੇ ਸਿੱਖ ਸੰਸਥਾਵਾਂ ਤੋਂ ਮੰਗੇ ਗਏ ਨੇ? ਹਾਂਜੀ, ਅਸੀਂ ਨਾ ਸੁਝਾਅ ਫਾਈਲ ਕੀਤੇ ਸੀ। ਇਹ ਇੱਕ ਸੰਸਥਾ ਬਣੀ ਸੀ ਜਸਟਿਸ ਸੀ ਐਸ ਠਾਕੁਰ ਦੀ ਅਧਿਕਸ਼ਤਾ ਵਿੱਚ, ਜਿਹਦੇ ਵਿੱਚ ਅਸੀਂ ਸਾਈਕੀਆਟ੍ਰਿਸਟ, ਸਾਈਕੋਲੋਜਿਸਟ, ਸੋਸ਼ੀਓਲੋਜਿਸਟ, ਨਿਊਰੋ ਸਪੈਸ਼ਲਿਸਟ ਐਂਡ ਸੈਵਰਲ ਅਦਰ ਪੀਪਲ ਵਰ ਇਨਕੋਰਪੋਰੇਟਡ। ਉਹ ਉਸ ਕਮੇਟੀ ਨੇ ਇੱਕ ਸੁਝਾਵਾਂ ਦੀ ਇੱਕ ਪੂਰੀ ਕੰਪੈਂਡੀਅਮ ਬਣਾਇਆ ਸੀ, ਉਹ ਅਸੀਂ ਫਾਈਲ ਵੀ ਕੀਤਾ ਹੈ ਕੰਪਾਈਲੇਸ਼ਨ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਵੀ ਸੁਝਾਵਾਂ ਦੀ ਇੱਕ ਪੂਰਾ ਦਾ ਪੂਰਾ ਕੰਪਾਈਲੇਸ਼ਨ ਬਣਾਇਆ, ਔਰ ਐਸ ਜੀ ਪੀ ਸੀ ਨੇ ਵੀ ਬਣਾਇਆ। ਹੁਣ ਸਾਡੇ ਕੋਲ, ਕਿਉਂਕਿ ਮੇਰੇ ਕੋਲ 48 ਸਿੱਖ ਆਰਗੇਨਾਈਜੇਸ਼ਨ ਹੈਗੇ, ਹੁਣ ਮੈਨੇ ਹੁਣ ਦੋ ਹੋਰ ਆਰਗੇਨਾਈਜੇਸ਼ਨ ਅੱਗੇ ਆਈਆਂ ਹੈਗੀਆਂ, ਜਿਹਦੇ ਵਿੱਚ ਇੰਟਰਨੈਸ਼ਨਲ ਸਿੱਖ ਕਾਉਂਸਿਲ ਵੀ ਹੈਗੀ ਹੈ, ਔਰ ਜਿਹਦੇ 'ਚ ਯੂਨਾਈਟਿਡ ਨੇਸ਼ਨ ਜਿਹੜੇ ਸਿੱਖ ਕੰਮ ਕਰਦੇ ਆ, ਉਹਨਾਂ ਲੋਕਾਂ ਦੀਆਂ ਸੰਸਥਾਵਾਂ ਵੀ ਆਈਆਂ। ਜਿਹੜੀਆਂ ਸਿੱਖ ਔਰਤਾਂ ਅੱਗੇ ਆਈਆਂ ਹੈ, ਉਹ ਦਸਤਾਰ ਸਜਾਉਂਦੀਆਂ ਨੇ ਔਰ ਸਫੇਦ ਕੱਪੜੇ ਪਾਉਂਦੀਆਂ, ਐਂਡ ਦੀਸ ਵਿਮੈਨ ਆਰ ਨੋਟ ਲੈਸ ਦੈਨ 2 ਲੱਖ। ਇਹ 2 ਲੱਖ ਔਰਤਾਂ ਦੀ ਦਾ ਸਮੂਹ ਦੀ ਤਰਫੋਂ ਸਜੈਸ਼ਨ ਆਏਗੇ ਅੱਜ ਨੇ, ਉਹਨਾਂ ਦੀਆਂ ਪਟੀਸ਼ਨ ਹੋਈਆਂ। ਹੋਰ ਨਾਲੇ ਜਿਹੜਾ ਯੂਨਾਈਟਿਡ ਨੇਸ਼ਨ ਦੀ ਤਰਫੋਂ ਆਇਆ ਕਿ ਸਰਦਾਰ ਕਮਿਊਨਿਟੀ ਦੀ ਬੁਲਿੰਗ ਨਹੀਂ ਹੋਣੀ ਚਾਹੀਦੀ, ਔਰ ਕਿਸ ਤਰ੍ਹਾਂ ਸਾਈਬਰ ਬੁਲਿੰਗ ਰੁਕੇ, ਕਿਉਂਕਿ ਛੋਟੇ ਬੱਚਿਆਂ ਦੀ ਜਿਹੜੀ ਬੁਲਿੰਗ ਹੁੰਦੀ ਹੈ ਉਹ ਰੋਕਣੀ ਹੁੰਦੀ ਹੈ। ਉਹ ਇਹ 2 ਮਸਲੇ ਕੱਲ ਸੁਪਰੀਮ ਕੋਰਟ ਦੇ ਸਾਹਮਣੇ ਹੈਗੇ, ਤੇ ਇਹਨੇ 8 ਹਫ਼ਤੇ ਦਾ ਟਾਈਮ ਦਿੱਤਾ ਹੈਗਾ, ਜਿਹਦੇ ਵਿੱਚ ਅਸੀਂ ਸਾਰੀਆਂ ਦੇ ਸਾਰੀਆਂ ਸਬਜੈਕਟਸ ਫਾਈਲ ਕਰਨੀਆਂ ਹੈ। ਵੈਸੇ ਅਸੀਂ ਫਾਈਲ ਕਰ ਚੁੱਕੇ, ਲੇਕਿਨ ਇੱਕ ਸਾਰਿਆਂ ਨੇ ਆਪਸ ਸਬਜੈਕਟਸ ਨੂੰ ਮੈਰੀ ਕਰਕੇ ਇੱਕ ਕਾਮਨ ਸਬਜੈਕਟ ਬਣਾ ਕੇ ਅਸੀਂ ਕੋਰਟ ਦੇ ਸਾਹਮਣੇ ਰੱਖੀ ਹੈ। ਇਹਦੇ ਵਿੱਚ ਮੈਂ ਇੱਕ ਇੰਸੀਡੈਂਟ ਦਿੱਤਾ ਸੀ ਜਿਹਦੇ
ਵਿੱਚ ਇੱਕ ਸਰਦਾਰ ਬੱਚੇ ਨੂੰ ਕਿਹਾ ਗਿਆ ਕਿ ਤੇਰੀ ਜੂੜੀ ਮੈਂ ਆਲੂ। ਉਸ ਬੱਚੇ ਨੂੰ ਬਾਅਦ ਚ ਇੰਨੀ ਬੁਲੀ ਕੀਤਾ ਗਿਆ ਕਿ ਉਸ ਬੱਚੇ ਨੇ ਹੱਥ ਕੀਤਾ ਗਿਆ। ਆਖਰੀ ਪੇਜ ਸੁਪਰੀਮ ਕੋਰਟ ਚ ਪਹਿਲਾ ਪੇਜ ਸੀ ਕਿ ਮੈਨੂੰ ਸੈਂਸ ਕੀਤਾ ਗਿਆ, ਦੂਜਾ ਪੇਜ ਸੀ ਮਦਰ ਗਈ ਹੈ ਸਕੂਲ ਕਿ ਮੇਰੇ ਬੱਚੇ ਨੂੰ ਸੰਭਾਲਣਾ ਕਰੋ, ਤੀਜਾ ਪੇਜ ਸੀ ਬੱਚੇ ਨੇ ਕਿਹਾ ਕਿ ਮੈਂ ਕੇਸ ਨਹੀਂ ਰੱਖਿਆ, ਚੌਥਾ ਦਿਨ ਸੀ ਉਹਨਾਂ ਨੇ ਕੰਪਲੇਂਟ ਕੀਤੀ ਪ੍ਰਿੰਸੀਪਲ ਨੂੰ, ਪ੍ਰਿੰਸੀਪਲ ਨੇ ਐਕਸ਼ਨ ਨਹੀਂ ਲਿਆ ਸਕੂਲ ਦਾ, ਬੱਚੇ ਉਹਦੇ ਬੱਚੇ ਦੇ ਚੈਸਟ ਦੇ ਉੱਤੇ ਨੱਚੇ, ਪੰਜਵੇਂ ਦਿਨ ਉਹਨੂੰ ਮਾਰਿਆ ਸੀ, ਛੱਠੇ ਦਿਨ ਉਹਨੇ ਸੁਸਾਈਡ ਕਰ ਲਈ। ਉਹਨਾਂ ਦੀ ਡਾਇਰੀ ਸੁਪਰੀਮ ਕੋਰਟ 'ਚ ਫਾਈਲ ਕੀਤੀ ਗਈ ਹੈ ਕਿ ਉਹ ਬੱਚੇ ਨੇ ਆਖਰੀ ਪੇਜ 'ਚ ਲਿਖਿਆ ਮੁਕਤੀ, ਆਈ ਹੈਵ ਗੋਟ ਦਾ ਫ੍ਰੀਡਮ ਨਾਉ। ਤੇ ਇਸ ਅਤਿਆਚਾਰ ਦੇ ਖਿਲਾਫ਼ ਸਾਡੀ ਸਿੱਖ ਕਮੇਟੀ ਖੜੀ। ਮੈਂ ਕੱਲ੍ਹ ਕੋਰਟ 'ਚ ਦੱਸਿਆ ਕਿ ਕੋਰੋਨਾ ਦੇ ਦੌਰਾਨ ਮੈਂ ਖੁਦ ਡੈਡ ਬੋਡੀ ਦੇ ਖਿਲਾਫ਼ ਬਣ ਗਈ ਆਪਣੇ ਫਰੈਂਡਸ ਦੇ ਨਾਲ। ਹਾਲੇ ਵੀ ਕੋਰੋਨਾ 'ਚ ਇੰਨੀ ਸਮੱਸਿਆ ਨੂੰ ਜਿਨ੍ਹਾਂ ਦੇ ਘਰ ਵਾਲਿਆਂ ਨੇ ਵੀ ਟੱਚ ਕੀਤਾ, ਸਾਡੀ ਸਿੱਖ ਕਮੇਟੀ ਘਰ ਘਰ ਗਈ ਹੈ, ਉਹਨਾਂ ਨੇ ਜਲਾਇਆ ਔਰ ਖਾਣਾ ਵੀ ਦਿੱਤਾ ਜੀ। ਮੈਮ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਡੇ ਨਾਲ ਜੁੜੇ ਅਤੇ ਆਪਣੀ ਤੁਸੀਂ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ। ਸੋ ਤੁਹਾਨੂੰ ਦੱਸ ਦਈਏ ਕਿ ਸੁਪਰੀਮ ਕੋਰਟ ਦੇ ਵਿੱਚ ਸਿੱਖ ਜੋਬਸ ਦਾ ਜਿਹੜਾ ਮਸਲਾ ਹੈ ਉਹ ਪਹੁੰਚ ਚੁੱਕਾ ਹੈ ਅਤੇ ਸੁਪਰੀਮ ਕੋਰਟ ਨੇ 8 ਹਫ਼ਤਿਆਂ ਬਾਅਦ ਜਿਹੜੀ ਕਿ ਇਸ 'ਤੇ ਹੁਣ ਸੁਣਵਾਈ ਹੋਵੇਗੀ ਤਾਂ ਸੁਪਰੀਮ ਕੋਰਟ ਨੇ ਕਿਹਾ ਕਿ ਮਸਲਾ ਇਹ ਕਾਫੀ ਗੰਭੀਰ ਹੈ ਅਤੇ ਨਾਲ ਹੀ ਉਹਨਾਂ ਨੇ ਸਿੱਖ ਸੰਸਥਾਵਾਂ ਤੋਂ ਵੀ ਇਸ ਮਸਲੇ ਦੇ ਵੀ ਸੁਝਾਅ ਮੰਗੇ ਅਤੇ ਪੁੱਛਿਆ ਕਿ ਲੋਕਾਂ ਨੂੰ ਆਖਰ ਕਿਵੇਂ ਸੰਵੇਦਨਸ਼ੀਲ ਬਣਾਇਆ ਜਾਵੇ। ਸੋ ਪਟੀਸ਼ਨ ਕਰਤਾ ਦੇ ਵੱਲੋਂ ਇਹ ਪਟੀਸ਼ਨ ਦੇ ਵਿੱਚ ਕਿਹਾ ਗਿਆ ਕਿ ਸਕੂਲਾਂ ਦੇ ਵਿੱਚ ਸਿੱਖ ਬੱਚਿਆਂ ਦਾ ਮਜ਼ਾਕ ਉਡਾਉਣ ਦੀਆਂ ਘਟਨਾਵਾਂ ਵੱਧ ਗਈਆਂ ਨੇ, ਮਜ਼ਾਕ ਕਾਰਨ ਕਈ ਵਾਰ ਕਈ ਬੱਚੇ ਸੁਸਾਈਡ ਵੀ ਕਰ ਚੁੱਕੇ ਨੇ, ਇਹ ਸਭ ਕੁਝ ਜਲਦ ਰੁਕਣਾ ਚਾਹੀਦਾ ਹੈ, ਸਿੱਖਾਂ ਦੇ ਪਹਿਰਾਵੇ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ। ਤਾਂ ਉਹਨਾਂ ਨੇ ਕਿਹਾ ਹੈ ਕਿ ਪਟੀਸ਼ਨ ਦੇ ਵਿੱਚ ਸਿੱਖਾਂ 'ਤੇ ਜਿਹੜੀ ਜੋਕਸ ਵਾਲੀ ਸਮੱਗਰੀ ਹੈ, ਕੰਟੈਂਟ ਹੈ, ਉਸ 'ਤੇ ਜਲਦ ਰੋਕ ਲੱਗਣੀ ਚਾਹੀਦੀ ਹੈ।